ਇਹਦੀ ਵਿਚਾਰੀ ਦੀ ਲੱਤ ਵੀ ਹੈ ਨਹੀਂ, ਘਰ ਵੀ ਹੈ ਨਹੀਂ। ਇਹ ਜੇ ਲੋਕਾਂ ਦੇ ਜਿਹੜੇ ਰਾਸ਼ਨ ਕਾਰਡ ਨੀਲੇ ਬਾਟ ਕਰ ਦਿੱਤੇ ਆ, ਫਿਰ ਆਟਾ ਦਾਲ ਦੇਣਾ ਕਿਹਨੂੰ ਹੈ ਜੇ ਇਹ ਜੇ ਗਰੀਬ ਲੋਕਾਂ ਨੂੰ ਵੀ ਦੇਖੋ, ਇਹਦੀ ਇੱਕ ਲੱਤ ਨਹੀਂ ਹੈ, ਘਰ ਹੀ ਦੇ ਵਿੱਚ ਚੱਜਦਾ ਨਹੀਂ ਹੈ। ਇਹ ਜੇ ਲੋਕਾਂ ਦੇ ਚਲੋ ਜਿਹੜੇ ਕਟਾਉਣੀ ਹੈ, ਇਹ 250 ਘਰ ਹੈ, ਸਾਰਿਆਂ ਦੇ ਕਾਰਡ ਕੱਢ ਦਿੱਤੇ। ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਸਰਕਾਰ ਵੱਲੋਂ ਪਿਛਲੇ ਕਈ ਮਹੀਨਿਆਂ ਤੋਂ ਪਿੰਡਾਂ ਦੇ ਵਿੱਚ ਬਣਾਏ ਹੋਏ ਕਈ ਲੋਕਾਂ ਵੱਲੋਂ ਪਿਛਲੀਆਂ ਸਰਕਾਰਾਂ ਦੇ ਨਜਾਇਜ਼ ਨੀਲੇ ਕਾਰਡ ਘੱਟੇ ਜਾ ਰਹੇ ਨੇ, ਤਾਂ ਇਸਦੀ ਚਪੇਟ ਦੇ ਵਿੱਚ ਕਈ ਗਰੀਬ ਲੋਕ ਵੀ ਆ ਗਏ ਨੇ, ਤਾਂ ਉਹਨਾਂ ਗਰੀਬ ਲੋਕਾਂ ਦੇ ਵੀ ਨੀਲੇ ਕਾਰਡ ਘੱਟ ਦਿੱਤੇ ਗਏ ਨੇ। ਤਾਂ ਇਸ ਵੇਲੇ ਦੀ ਇੱਕ ਵੱਡੀ ਖਬਰ ਤੁਹਾਨੂੰ ਦਿਖਾਉਣ ਜਾ ਰਹੇ ਹਾਂ ਕਿ ਅੱਜ ਸਾਬਕਾ ਸੀਐਮ ਚੰਦਰੀ ਚੰਨੀ ਆਪਣੇ ਹਲਕੇ ਦੇ ਕੁਝ ਗਰੀਬ ਲੋਕਾਂ ਦੇ ਪਰਿਵਾਰਾਂ ਕੋਲ ਪਹੁੰਚੇ, ਤਾਂ ਉਹਨਾਂ ਪਰਿਵਾਰਾਂ ਨੇ ਇਹ ਮੰਗ ਰੱਖੀ ਕਿ ਸਾਡੇ ਨੀਲੇ ਕਾਰਡ ਸਰਕਾਰ ਵੱਲੋਂ ਘੱਟ ਦਿੱਤੇ ਨੇ। ਤਾਂ ਸਾਬਕਾ ਸੀਐਮ ਪ੍ਰਿੰਸ ਚੰਨੀ ਵੱਲੋਂ ਵੀ ਕਿਹਾ ਗਿਆ ਕਿ ਅਗਰ ਇਹਨਾਂ ਅਪਾਹਿਜ ਲੋਕਾਂ ਅਤੇ ਨਾਲ ਗਰੀਬ ਲੋਕਾਂ ਦੇ ਨੀਲੇ ਕਾਰਡ ਘੱਟ ਦਿੱਤੇ ਨੇ ਤਾਂ ਫਿਰ ਰਾਸ਼ਨ ਦੇਣਾ ਕਿਸ ਨੂੰ ਹੈ। ਤੁਸੀਂ ਵੀ ਸੁਣੋ ਸਾਬਕਾ ਸੀਐਮ ਪ੍ਰਿੰਸ ਚੰਨੀ ਨੇ ਹੋਰ ਕੀ ਕਿਹਾ। ਇਹਦੀ ਵਿਚਾਰੀ ਦੀ ਲੱਤ ਵੀ ਹੈ ਨਹੀਂ, ਘਰ ਵੀ ਹੈ ਨਹੀਂ। ਇਹ ਜੇ ਲੋਕਾਂ ਦੇ ਜਿਹੜੇ ਰਾਸ਼ਨ ਕਾਰਡ ਨੀਲੇ ਕਾਰਡ ਕੱਢ ਦਿੱਤੇ ਆ, ਫਿਰ ਆਟਾ ਦਾਲ ਦੇਣਾ ਕਿਹਨੂੰ ਹੈ ਜੇ ਇਹ ਜੇ ਗਰੀਬ ਲੋਕਾਂ ਨੂੰ ਵੀ ਦੇਖੋ, ਇਹਦੀ ਇੱਕ ਲੱਤ ਨਹੀਂ ਹੈ, ਫੜੀ ਤੇ ਚੱਲਦੀ ਹੈ ਤੇ ਘਰ ਹੀ ਦੇ ਵਿੱਚ ਚੱਜਦਾ ਨਹੀਂ ਹੈ। ਇਹ ਜੇ ਲੋਕਾਂ ਦੇ ਜਿਹੜੇ ਜਿੰਨੀ ਕਟਾਉਣੀ ਹੈ, ਇਹ 250 ਘਰ ਹੈ, ਸਾਰਿਆਂ ਦੇ ਕਾਰਡ ਕੱਢ ਦਿੱਤੇ।